फरीदकोट जिले की बरगाड़ी पुलिस चौकी नूं सूचना के आधार उत्ते नाकाबंदी दौरान 22,000 नशीलियां गोलियां समेत ट्राला सवार दो व्यक्तियों नूं काबू किया गया है। दोषियों की पहचान मोगा जिले के पिंड लंडे निवासी गुरिंदर सिंह ते पिंड चाड़िक निवासी हरप्रीत सिंह दे तौर उत्ते हुई है। दोवां खिलाफ थाना बाजाखाना विच NDPS एक्ट तहत केस दर्ज करके अगलेरी कार्रवाई की जा रही है। ਜੀ ਆਪਣੇ ਚੌਕੀ ਇੰਚਾਰਜ ਬਰਗਾੜੀ ਰੁਪੇਂਦਰ ਜੀ ਨੇ ਟਰੱਕ ਨੰਬਰੀ PB13BB7292 ਸਮੇਤ ਡਰਾਈਵਰ ਗੁਰਵਿੰਦਰ ਸਿੰਘ ਜਿਹੜੀ ਰਿੰਕੂ ਪੁੱਤਰ ਭਜਨ ਸਿੰਘ ਵਾਸੀ ਲੰਡੇ ਹਰਪ੍ਰੀਤ ਸਿੰਘ ਜਿਹੜੀ ਪੀਤਾ ਪੁੱਤਰ ਬਿਕਰ ਸਿੰਘ ਵਾਸੀ ਚੜਕ ਪਾਸੋਂ 22,000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਜਿਹੜੇ ਰਾਜਸਥਾਨ ਤੋਂ ਲੈ ਕੇ ਆਏ ਸੀ। ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 82 ਦਰਜ ਕਰਕੇ ਜੀ ਅਗਲੀ ਤਫਤੀਸ਼ ਆਰੰਭ ਕਰਤੀ। ਕਿੱਥੋਂ ਲੈ ਕੇ ਕਿਹਨੂੰ ਦੇਣੀ ਹੈ ਸੀ, ਕਿਹੜੇ ਕਿਹੜੇ ਬੰਦਿਆਂ ਦਾ ਰੋਲ ਹੈ, ਸਾਰੇ ਟਰੱਕ ਮਾਲਕ ਜੋ ਵੀ ਆਉਂਦਾ ਤਫਤੀਸ਼ ਸਾਰਾ ਕੁਛ ਪੁੱਛ ਕੇ ਪੜਤਾਲ ਹੋਊਗੀ। ਕੋਈ ਸਰ ਇਹਨਾਂ ਦੇ ਖਿਲਾਫ ਪਹਿਲਾਂ ਵੀ ਕੋਈ ਮਾਮਲਾ ਦਰਜ? ਹਾਂਜੀ, ਪੜਤਾਲ ਕੀਤੀ ਨਹੀਂ ਜੀ, ਚੱਲ ਰਹੀ ਤਫਤੀਸ਼, ਰਾਤ ਹੀ ਪੜ੍ਹੇ, ਲਿਖੀ ਭੇਜਿਆ ਪਤਾ ਲੱਗ ਜਾਂਦਾ ਜੀ। ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਜਾ ਰਹੇ ਹਾਂ, ਉਸ ਰਿਮਾਂਡ ਲੈ ਕੇ ਅੱਗੇ ਜੋ ਪੁੱਛਗੇ ਇਸ ਖੁਲਾਸੇ ਹੋਣਗੇ ਸਾਹਮਣੇ ਆ ਜਾਣਗੇ। ਉੱਥੇ ਹੀ ਥਾਣਾ ਅਜਨਾਲਾ ਪੁਲਿਸ ਨੇ ਡਾਕਟਰੀ ਦੀ ਆੜ ਵਿੱਚ ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਨ ਵਾਲੇ ਇੱਕ ਝੋਲਾ ਛਾਪ ਡਾਕਟਰ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਸ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ SHO ਇੰਸਪੈਕਟਰ ਰਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪਿੰਡ ਲੱਖੂਵਾਲ ਵਿਖੇ ਇੱਕ ARMP ਡਾਕਟਰ ਵਿਕਾਸ ਕੁਮਾਰ ਡਾਕਟਰੀ ਦੀ ਦੁਕਾਨ ਦੀ ਆੜ ਵਿੱਚ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਵੇਚਦਾ ਸੀ। ਅਧੀਨ ਪਿੰਡ ਲੱਖੂਵਾਲਾ ਜੀ, ਉੱਥੇ ਇੱਕ ARMP ਡਾਕਟਰ ਨੇ ਵਿਕਾਸ ਕੁਮਾਰ ਜੀ, ਸਨ ਆਫ ਰਾਜੀਵ ਕੁਮਾਰ, ਵਾਸੀ ਸੁੰਦਰਮਲ ਸਕੂਲ ਵਾਲੀ ਗਲੀ ਅਜਨਾਲਾ, ਇਹ ਆਪਣੀ ਡਾਕਟਰੀ ਦੀ ਦੁਕਾਨ ਦੀ ਆੜ ਵਿੱਚ ਨਸ਼ੀਲੀਆਂ ਗੋਲੀਆਂ ਵੇਚਦੇ ਨੇ ਨੌਜਵਾਨਾਂ ਨੂੰ। ਅੱਜ ਇਹ ਲੱਖੂਵਾਲੇ ਦੇ ਨਾਲ ਹੀ ਪਿੰਡ ਹੈ ਜੀ ਵੱਡਾ ਫਤਿਹਵਾਲ, ਉੱਥੇ ਗੋਲੀਆਂ ਤੁਰ ਫਿਰ ਕੇ ਵੇਚਦੇ ਸੀਗੇ ਅਤੇ ਇਹਨਾਂ ਨੂੰ 250 ਨਸ਼ੀਲੀ ਗੋਲੀ ਦੇ ਨਾਲ ਅਸੀਂ ਕਾਬੂ ਕੀਤਾ ਜੀ। ਕੀ ਕਾਰਵਾਈ ਕੀਤੀ? ਕਾਰਵਾਈ ਇਹਨਾਂ ਨੇ ਮੁਕੱਦਮਾ ਨੰਬਰ ਦਰਜ ਕਰਤਾ ਸੀ NDPS ਐਕਟ ਦਾ 344 ਨੰਬਰ ਮੁਕੱਦਮਾ ਜੀ, NDPS ਐਕਟ ਦਾ ਥਾਣੇ ਜਨਾਲੇ ਅਸੀਂ ਦਰਜ ਕਰਤਾ ਜੀ, ਅਰੈਸਟ ਕਰ ਲਿਆ, ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜੀ। ਕਿੱਥੋਂ ਲਿਆਉਂਦਾ ਕੀਤੀ ਜਾ ਰਹੀ? ਬਿਲਕੁਲ ਜੀ ਕੀਤੀ ਜਾ ਰਹੀ ਹੈ।